ਪੰਜਾਬ ਫੋਕਸ ਚੈਨਲ ਤੋਂ ਦੇਖ ਰਹੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਅਤੇ ਇਸ ਵਕਤ ਅਸੀਂ ਪਿੰਡ ਭੀਲੋਵਾਲ ਜਿਹੜਾ ਕਿ ਜਿਹਨੂੰ ਕੱਚਾ ਭੀਲੋਵਾਲ ਕਹਿੰਦੇ ਆ, ਅਸੀਂ ਉਹ ਪਿੰਡ ਦੇ ਵਿੱਚ ਉੱਥੋਂ ਦੇ ਸਾਬਕਾ ਸਰਪੰਚ ਸਰਦਾਰ ਅਨੂਪ ਸਿੰਘ ਜੀ, ਸਾਨੂੰ ਸਰਦਾਰ ਹਰਨਾਮ ਸਿੰਘ ਜੀ, ਇਸ ਵਕਤ ਅਸੀਂ ਉਹਨਾਂ ਦੇ ਨਿਵਾਸ ਸਥਾਨ 'ਤੇ ਉਹਨਾਂ ਦੇ ਨਾਲ ਮੌਜੂਦ ਹਾਂ। ਅਤੇ ਅਸੀਂ ਉਹਨਾਂ ਕੋਲੋਂ ਉਹਨਾਂ ਦੀ ਸਰਪੰਚੀ ਦੇ ਦੌਰਾਨ ਜਿਹੜੇ ਉਹਨਾਂ ਆਪਣੇ ਪਿੰਡ ਦੇ ਵਿਕਾਸ ਕੰਮ ਕੀਤੇ ਨੇ, ਵਿਕਾਸ ਦੇ ਉਹਦੇ ਸੰਬੰਧਿਤ ਗੱਲਬਾਤ ਕਰਾਂਗੇ। ਅਤੇ ਉਸ ਤੋਂ ਇਲਾਵਾ ਇਹ ਸਾਡਾ ਜਿਹੜਾ ਸਰਵੇ ਚੱਲ ਰਿਹਾ ਹੈ 2022 ਦੀ ਇਲੈਕਸ਼ਨ ਦੇ ਸੰਬੰਧ ਦੇ ਵਿੱਚ, ਅਸੀਂ ਉਹ ਵੀ ਉਹਨਾਂ ਨਾਲ ਗੱਲਬਾਤ ਕਰਾਂਗੇ। ਹੁਣ ਤੁਹਾਡੇ ਰੂਬਰੂ ਕਰਾਉਂਦੇ ਹਾਂ ਆਪਾਂ ਪਿੰਡ ਭੀਲੋਵਾਲ ਤੋਂ ਸਰਦਾਰ ਨਾਲ। ਹਾਂਜੀ ਸਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਛਾ ਸਰ, ਤੁਸੀਂ ਸਭ ਤੋਂ ਪਹਿਲਾਂ ਤਾਂ ਆਪਣੇ ਪਿੰਡ ਵਾਸੀਆਂ ਨੂੰ ਕੁਝ ਕਹਿਣਾ ਚਾਹੋਗੇ? ਮੈਂ ਪਿੰਡ ਵਾਸੀਆਂ ਨੂੰ ਵੀ ਚਾਹੁੰਦਾ ਅਤੇ ਜਿਹੜੀ ਮੇਰੀ ਕੰਮ ਹੋਏ ਨੇ ਪਿੱਛੇ, ਜਦੋਂ ਮੈਂ ਸਰਪੰਚ ਬਣਿਆ ਤਾਂ ਮੈਂ 162 ਵੋਟਾਂ ਦੇ ਨਾਲ ਜੇਤੂ ਹੋਇਆ ਸਾਂ, ਜਿਹਦੇ ਵਿੱਚ ਸਰਪੰਚ ਬਣਨ ਤੋਂ ਬਾਅਦ ਮੈਂ ਜਿਹੜੇ ਕੰਮ ਕੀਤੇ ਨੇ, ਜੋ ਗਲੀਆਂ RC ਬਣਾਈਆਂ ਨੇ ਉਹ ਬਹੁਤ ਵਧੀਆ ਬਣੀਆਂ ਪਈਆਂ ਨੇ। ਜਿਹੜੀ ਮੜੀਆਂ ਦੇ ਵਿੱਚ ਇੰਟਰਲੋਕ ਟਾਇਲ ਅਤੇ ਦੀਵਾਰ ਵਧੀਆ ਕੀਤੀ ਹੋਈ ਆ, ਇੱਕ ਬਰਾਂਡਾ ਵਧੀਆ ਬਣਿਆ ਹੋਇਆ ਆ। ਇਸ ਮੌਜੂਦਗੀ ਦੇ ਵਿੱਚ ਮੈਂ ਰਸਤੇ ਪੱਕੇ ਕੀਤੇ ਨੇ, ਇੱਟਾਂ ਦੇ ਬਹੁਤ ਬਹੁਤ ਲੰਮੇ ਜਿਹੜੇ ਡੇਰਿਆਂ ਦੇ ਉੱਤੇ ਸਾਰੇ ਬਣੇ ਪਏ ਨੇ, ਮਤਲਬ ਜਿੰਨੇ ਡੇਰੇ ਸਾਰੇ ਪੱਕੇ ਕੀਤੇ, ਸਾਰੇ ਡੇਰਿਆਂ ਨੂੰ ਪਏ ਪੱਕੇ ਕੀਤੇ ਨੇ। ਕੋਈ ਪਿੰਡ ਦਾ ਕੰਮ ਨਹੀਂ ਰਹਿਣ ਦਿੱਤਾ, ਜੋ ਵਧੀਆ ਵਧੀਆ ਕੰਮ ਕੀਤੇ ਨੇ, ਜੋ ਪਾਣੀ ਦੇ ਨਿਕਾਸ ਵਾਸਤੇ ਕੋਈ ਦੋਨੇ ਬੰਨੇ ਛੱਪੜ ਬਣਾਏ ਪਏ ਨੇ। ਅੱਛਾ ਜੀ, ਵਧੀਆ ਕੰਮ ਕੀਤੇ, ਮਤਲਬ ਕਿ ਗੰਦੇ ਪਾਣੀ ਦਾ ਜਿਹੜਾ ਨਿਕਾਸ ਆ ਉਹ ਵੀ ਤੁਸੀਂ ਮਤਲਬ ਕਿ ਦੋਨੇ ਬੰਨੇ ਛੱਪੜ ਬਣਾ ਕੇ ਉਹਦੇ ਵਿੱਚ ਗੰਦਾ ਪਾਣੀ ਦਿੱਤਾ? ਹਾਂਜੀ ਹਾਂਜੀ, ਦੋਨੇ ਬੰਨੇ ਥੋੜ੍ਹੇ ਥੋੜ੍ਹਾ ਥਾਂ ਲੈ ਕੇ ਅਤੇ ਛੱਪੜ ਬਣਾਏ ਨੇ, ਪਾਣੀ ਦਾ ਨਿਕਾਸ ਕਪੂਰਥਲੇ ਬੰਨੇ ਕੀਤਾ, ਕਪੂਰਥਲੇ ਬੰਨੇ ਕੀਤਾ। ਕੋਈ ਪਿੰਡ ਦੇ ਵਿੱਚ ਕੋਈ ਪਾਣੀ ਦਾ ਨਿਕਾਸ ਜਿਹੜਾ ਉਹ ਗਲਤ ਨਹੀਂ ਹੁੰਦਾ, ਜੀ ਰੁਕਦਾ ਨਹੀਂ ਪਾਣੀ, ਰੁਕਦਾ ਨਹੀਂ ਪਾਣੀ। ਠੀਕ ਹੈ, ਬਾਲਮੀਕ ਮੰਦਰ ਆ, ਉਹਦੇ ਉੱਤੇ ਪੈਸਾ ਵੀ ਲਾਇਆ ਮੈਂ, ਤੇ ਇੱਕ ਬਾਬੇ ਕਾਲੇ ਸ਼ਾਹ ਦੀ ਜਗ੍ਹਾ ਵੱਜਦੀ ਆ, ਉਹਦੇ ਉੱਤੇ ਬਹੁਤ ਵਧੀਆ ਕਮਰੇ 2-3 ਬਣਾਏ ਨੇ। ਦੂਜਾ ਜਿਹੜਾ ਛੋਟਾ ਹਸਪਤਾਲ ਜਿਹੜਾ ਥਾਣੀ ਬਣਦੀ ਆ, ਉਹ 3-4 ਪਿੰਡ ਵਾਸਤੇ ਹੁੰਦੀ ਆ। ਉਹ ਇੱਕ ਡਿਪੈਂਸਰੀ ਜਿਹੜੀ ਆ ਉਹ ਵੈਰੋ ਕੀ ਬਣੀ ਆ, ਦੂਜਾ ਜਿਹੜਾ ਛੋਟਾ ਹਸਪਤਾਲ ਜਿਹਨੂੰ ਕਹਿੰਦੇ ਡਿਪੈਂਸਰੀ ਕਹਿੰਦੇ, ਉਹ ਬੱਚਿਆਂ ਨੂੰ ਟਿਕਟ ਲਗਾਉਣ ਵਾਸਤੇ ਉਹ ਭੀਲੋਵਾਲ ਪੱਕੇ 'ਚ ਬਣੀ ਹਸਪਤਾਲ, ਵੈਰੋ ਕੀ ਬਣੀ ਵੈਰੋ ਪਿੰਡ ਬੱਚੇ। ਅਤੇ ਸਰ ਆਪਣੇ ਇੱਥੇ ਸਕੂਲ ਕਿੰਨੇ ਨੇ ਸਰਕਾਰੀ? ਉਹ ਵੇਖੋ ਜੀ, ਸਾਡੇ ਪਿੰਡ ਦੇ ਵਿੱਚ ਸਕੂਲ ਜਿਹੜੇ ਨੇ, ਸਭ ਤੋਂ ਪਹਿਲਾਂ ਸਕੂਲ ਸਾਡਾ ਹੈਗਾ ਸੀ ਪ੍ਰਾਇਮਰੀ 5 ਦਾ ਸਕੂਲ, ਉਸ ਤੋਂ ਬਾਅਦ 8 ਦਾ ਸਕੂਲ ਇੱਕ ਹੋਰ ਅਸੀਂ ਮੰਤਰੀ MLA ਸਾਹਿਬ ਕੋਲ ਲਿਆ ਸੀ, ਉਹ ਵੀ ਬਣਿਆ ਪਿਆ ਆ। ਉਸ ਤੋਂ ਬਾਅਦ 7 ਸਕੂਲ ਆਏ ਸੀ, ਬਹੁਤ ਵਧੀਆ ਚੱਲਣ ਡਿਆ ਜੀ, ਬਹੁਤ ਵਧੀਆ। ਉਹਦੇ ਵਿੱਚ 8 ਦਾ ਸਕੂਲ ਵੀ ਸਾਡੇ ਪਿੰਡ ਹੈਗਾ ਆ, ਜੋ ਤੋਂ ਬਾਅਦ ਮੁੜ ਕੇ ਜਵਾਹਰ ਨਰੋਦਿਆ ਸਕੂਲ ਸਾਡੇ ਬਹੁਤ ਵੱਡਾ ਇੱਕ ਹੈਗਾ। ਅੱਛਾ ਜੀ, ਅਤੇ ਆਪਣੇ ਸਰ ਆਂਗਣਵਾੜੀ ਵੀ ਹੈ? ਆਂਗਣਵਾੜੀ ਕਮਰਾ ਬਣਾ ਕੇ ਦਿੱਤਾ ਸਕੂਲ 5 ਦੇ ਨਾਲ ਹੀ, ਉਹਦੇ ਨਾਲ ਸਕੂਲ ਦੇ ਵਿੱਚ ਕਮਰਾ ਬਣਾਇਆ ਪਿਆ। ਗਰਾਊਂਡ ਉਦੋਂ ਤੱਕ ਕੋਈ ਗਰਾਊਂਡ ਸਟੇਡੀਅਮ ਨਹੀਂ, ਉਦੋਂ ਕੋਈ ਹੈ ਨਹੀਂ ਸੀ, ਕੋਈ ਗਰਾਊਂਡ ਗਰੂੰਡ ਆਈ ਨਹੀਂ, ਉਦੋਂ ਬਣਿਆ ਨਹੀਂ ਗਾ, ਹੁਣ ਵੀ ਅਜੇ ਤੱਕ ਨਹੀਂ ਬਣਿਆ। ਅਤੇ ਗਰਾਊਂਡ ਹੈ ਉਦਾਂ? ਗਰਾਊਂਡ ਤਾਂ ਕੋਈ ਗੱਲ ਨਹੀਂ, ਵਿਹਲੇ ਥਾਂ ਨੇ, ਥਾਂ ਤਾਂ ਵਾਧੂ ਨੇ ਵਿਹਲੇ, ਪਰ ਗਰਾਊਂਡ ਬਣੀ ਨਹੀਂ। ਅੱਛਾ, ਬਣੀ ਨਹੀਂ ਹੈ? ਅਤੇ ਮਤਲਬ ਕਿ ਪਾਰਕ ਕੋਈ ਨਹੀਂ ਅਜੇ ਤੱਕ ਬਣੀ? ਪਾਰਕ ਵੀ ਨਹੀਂ ਬਣਾਈ ਸਰ, ਮੰਗ ਲਿਆ ਸੀ। ਹਾਂਜੀ, ਜਿਮ ਦਾ ਸਮਾਨ ਸਰ ਮਿਲਿਆ ਮਿਲਿਆ। ਅਤੇ ਉਹ ਕਮਰੇ ਤਾਂ ਨਵਾਂ ਤਿਆਰ ਕੀਤਾ, ਹੁਣ ਹੋਏ ਸਰਪੰਚ ਨੇ ਅਜੇ ਉਹ ਉਹਦੇ ਵਿੱਚ ਰੱਖਿਆ ਸੀਗਾ, ਉਹਨੂੰ ਪਲਸਟਰ ਕਰਵਾਉਣਾ, ਫਿਰ ਅਜੇ ਉਹਦੀ ਕੌਣ ਵੱਲ ਵਾਂ ਦੇ ਦੇ। ਅਤੇ ਸਰ ਤੁਸੀਂ ਮੈਨੂੰ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਆਪਾਂ ਨੂੰ ਜਿਹੜਾ ਵੀ ਤੁਹਾਡੇ ਹਲਕੇ ਤੋਂ ਕੈਂਡੀਡੇਟ ਖੜਾ ਹੋਏਗਾ, ਅਤੇ ਤੁਸੀਂ ਆਪਣੇ ਪਿੰਡ ਦੇ ਵਿੱਚੋਂ, ਅਤੇ ਤੁਸੀਂ ਉਹਨੂੰ ਕਿੰਨੀ ਕੁ ਵੋਟ ਪਾਓਗੇ ਆਪਣੇ ਪਿੰਡ ਦੇ ਵਿੱਚੋਂ, ਕਿ ਉਹ ਤੁਹਾਡੇ ਬੂਥ ਤੋਂ ਕਿੰਨੀ ਕੁ ਲੀਡ ਨਾ ਜਿੱਤੇਗਾ? ਮੈਂ ਆਸ ਰੱਖਦਾ ਜੀ, ਜਿਹੜੇ ਹਿਸਾਬ ਦੇ ਨਾਲ ਇਲੈਕਸ਼ਨ ਆ ਰਹੀ ਆ, ਅਜੇ ਤੋਂ ਮੈਨੂੰ ਵੀ ਜਾਰੀ ਨਹੀਂ ਹੋਇਆ, ਅਤੇ ਅਜੇ ਤੋਂ ਕੈਂਡੀਡੇਟ ਨੂੰ ਟਿਕਟ ਨਹੀਂ ਮਿਲੀ, ਸਾਰੇ ਟਿਕਟਾਂ ਉਹ ਲਿਖਦੇ ਨੇ, ਜੇ ਟਿਕਟ ਮਿਲਦੀ ਆ ਅਤੇ ਐਸ ਮਾਹੌਲ ਦੇ ਹਿਸਾਬ ਦੇ ਨਾਲ, ਸਾਨੂੰ ਪਤਾ ਕਿ ਆਮ ਆਦਮੀ ਅੱਗੇ ਆ ਰਹੀ ਆ,
ਤੇ ਜਿਹਦੇ ਵਿੱਚ ਸਰ ਮੈਂ ਤੁਹਾਨੂੰ ਇੱਕ ਕੁਐਸਚਨ ਹੋਰ ਸੌਰੀ ਪੁੱਛਣਾ ਭੁੱਲ ਗਿਆ ਕਿ ਤੁਸੀਂ ਮੈਨੂੰ ਇਹ ਦੱਸੋ ਕਿ ਆਪਾਂ ਇਸ ਵਕਤ ਕਿਹੜੀ ਪਾਰਟੀ ਨਾਲ ਬਿਲੋਂਗ ਕਰ ਰਹੇ ਹਾਂ ਵੇਖੋ ਜੀ ਮੈਂ ਤੇ ਪਹਿਲੋਂ ਦਰਿਆ ਅਕਾਲੀਆਂ ਦੇ ਨਾਲ ਬਹੁਤ ਵਧੀਆ ਕਾਂਗਰਸ ਨੇ ਵੀ ਮੈਨੂੰ ਬੜਾ ਸਾਥ ਦਿੱਤਾ ਪਰ ਮੈਂ ਹੁਣ ਮਾਹੌਲ ਦੇ ਹਿਸਾਬ ਦੇ ਨਾਲ ਜਦੋਂ ਕੋਈ ਇਹਨਾਂ ਦੇ ਦੂਜਿਆਂ ਦੇ ਪੱਲੇ ਕੁਛ ਨਹੀਂ ਆ ਤੇ ਹੁਣ ਮੈਂ ਆਮ ਆਦਮੀ ਪਾਰਟੀ ਦੇ ਨਾਲ ਸੰਬੰਧ ਰੱਖਣਾ ਚਾਹੁੰਦਾ ਤੇ ਮੈਨੂੰ ਆਸ ਵੀ ਹੈਗੀ ਵੀ ਜੇ ਮੈਂ ਸਰਪੰਚੀ ਦੇ ਵਿੱਚ ਕੰਮ ਕੀਤੇ ਆ ਤੇ ਮੈਨੂੰ ਦੋ ਦੋ ਚਾਰ ਚਾਰ ਵੀ ਵੋਟਾਂ ਹਰ ਘਰ ਦੇ ਵਿੱਚੋਂ ਪਈਆਂ ਤੇ ਮੈਂ ਚੰਗੀ ਲੀਡ ਦੇ ਨਾਲ ਜਿੱਤ ਜਾਵਾਂਗਾ ਮਤਲਬ ਕਿ ਤੁਹਾਡੀ ਤੁਹਾਨੂੰ ਪੂਰੀ ਆਸ ਹੈ ਨੇ ਤੇ ਅਸੀਂ ਬੰਦਾ ਹੋਏ ਉਹ ਬਣਾਉਣਾ ਜਿੰਨੇ ਕੰਮ ਅੱਗੇ ਕੀਤੇ ਨੇ ਕੰਮ ਜਿਹਦੇ ਜਿਹੜਾ ਕੰਮ ਸਾਡੀ ਤਾਰੀਫ ਵੀ ਕਰਦੇ ਨੇ ਸਰ ਪਿੰਡ ਵਾਲੇ ਓਕੇ ਸਰ ਜਿਹੜੀ ਤੀਸਰੀ ਗਰੰਟੀ ਦਿੱਤੀ ਆ ਬਹੁਤ ਵਧੀਆ ਗਰੰਟੀ ਆ ਸਭ ਉਸ ਗਰੰਟੀ ਦੇ ਉੱਤੇ ਇੱਕਦਮ ਦੁਨੀਆ ਨੂੰ ਆਸ ਦੀ ਧੂੜ ਹੋ ਜਾਣੀ ਗਰੰਟੀ ਚੀਜ਼ ਹੈ ਉਹ ਵੇਖੋ ਜੀ ਹਰ ਇੱਕ 18 ਸਾਲ ਤੋਂ ਕੁੜੀ ਜਿਹੜੀ ਉੱਪਰ ਹੋ ਗਈ ਆ ਜੇ ਉਹ ਘਰ ਦੇ ਵਿੱਚ ਕੁੜੀ ਅਜੇ ਭਾਵੇਂ ਨਹੀਂ ਵਿਆਹੀ ਤਾਂ ਵੀ ਉਹਨੂੰ 1000 ਰੁਪਇਆ ਆਏਗਾ ਜੇ ਉਹਦੇ ਘਰ ਦੇ ਵਿੱਚ ਇੱਕ ਨੂੰਹ ਆ ਕਿਸੇ ਬੰਦੇ ਦੀ ਉਹਨੂੰ 1000 ਰੁਪਇਆ ਆਏਗਾ ਜੇ ਉਸ ਬੰਦੇ ਦੀ ਘਰ ਵਾਲੀ ਵੀ ਅਜੇ ਮੌਜੂਦ ਆ ਦੇਖੋ ਜੀ ਤਿੰਨ ਜਨਾਨੀਆਂ ਨਾਲ ਘਰ ਦੇ ਵਿੱਚ 3000 ਰੁਪਇਆ ਹਰ ਮਹੀਨੇ ਦੇ ਆਉਂਦਾ ਇਹ ਮਤਲਬ ਕਿ ਘਰ ਦੇ ਵਿੱਚ ਚਾਹੇ 4 ਬੇਟੀਆਂ ਨੇ ਚਾਹੇ 2 ਬੇਟੀਆਂ ਨੇ ਨੂੰਹ ਨੇ ਚਾਹੇ ਬਾਈ ਮਤਲਬ ਆਪ ਮਾਤਾ ਜੀ ਵੀ ਜੀਂਦੇ ਨੇ ਤੇ ਸਾਰੀਆਂ ਜਿੰਨੀਆਂ ਲੇਡੀਜ਼ ਨੇ ਸਾਰੀਆਂ ਨੂੰ ਪੈਸੇ ਮਿਲ ਗਏ ਸਰ ਵੇਖੋ ਜੀ ਜਿੰਨਾ ਇਹ ਤਿੰਨ ਜਿਹੜਿਆਂ ਨੂੰ ਸਿਰਫ ਓਨਲੀ ਨਾ ਨਾ ਜੀ ਇਸ ਗੱਲ ਨਹੀਂ ਮੈਂ ਗੱਲ ਕੀਤੀ ਆ ਵੀ ਜਿੰਨੀਆਂ ਵੀ ਘਰ ਦੇ ਵਿੱਚ ਹੈ ਨੇ ਜਿੰਨੀਆਂ ਵੀ ਲੇਡੀਜ਼ ਹੋਣਗੀਆਂ ਇਹ ਤਾਂ ਦੂਜੇ ਨੰਬਰ ਤੇ ਗੱਲ ਇਹ ਆ ਵੀ ਇਹਦੇ ਵਿੱਚ ਝੂਠ ਵਾਲੀ ਗੱਲ ਕੋਈ ਨਹੀਂ ਆ ਗਈ ਅੱਛਾ ਜੋ ਉਹਨੇ ਬੋਲਿਆ ਉਹ ਸੱਚ ਆ ਉਹਨੇ ਗੱਲ ਕਰਨੀ ਆ ਜਿੰਨੀ ਵਾਅਦਾ ਉਹਦਾ ਪੱਕਾ ਜੋ ਉਹਨੇ ਦਿੱਲੀ ਵਿੱਚ ਕੀਤਾ ਆ ਉਹ ਪੰਜਾਬ ਵਿੱਚ ਕਰਨਾ ਚਾਹੁੰਦਾ ਆ ਕਿ ਉਹ ਪੰਜਾਬ ਨੂੰ ਵੀ ਖੁਸ਼ਹਾਲ ਬਣਾਉਣਾ ਚਾਹੁੰਦਾ ਠੀਕ ਤੇ ਤੁਹਾਨੂੰ ਇਹਦੇ ਬਾਰੇ ਕੋਈ ਜਾਣਕਾਰੀ ਹੋਵੇ ਅਜੇ ਜਾਣਕਾਰੀ ਤਾਂ ਕੋਈ ਨਹੀਂ ਮੈਂ ਖਵਾਹਿਸ਼ ਆ ਮੇਰੀ ਕਿ ਜੇ ਚੈਨਲ ਖਬਰਾਂ ਲਾਉਂਦਾ ਆ ਅਤੇ ਕੇਜਰੀਵਾਲ ਤੱਕ ਮੇਰੀ ਬੇਨਤੀ ਹੈ ਕਿ ਛੇਤੀ ਜੇ ਐਲਾਨਿਆ ਜਾਵੇ ਅਤੇ ਜੋ ਵੀ ਟਿਕਟਾਂ ਬਣ ਰਹੇ ਅਤੇ ਉਹ ਆਪਣੇ ਆਪਣੇ ਪਿੰਡਾਂ ਦੇ ਵਿੱਚ ਜਾ ਕੇ ਉਹ ਆਪਣੇ ਬੰਦਿਆਂ ਨੂੰ ਮਿਲ ਸਕਣ ਜੋ ਕੋਈ ਵੋਟਾਂ ਨੂੰ ਪੱਕੀਆਂ ਕਰ ਸਕਣ ਠੀਕ ਹੈ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਆਪਣੀ ਪੂਰੀ ਟੀਮ ਅਤੇ ਆਪਣੇ ਚੈਨਲ ਵੱਲੋਂ ਵਾਹਿਗੁਰੂ ਜੀ ਕੀ ਫਤਿਹ ਮੈਂ ਕੁਲਵੰਤ ਸਿੰਘ ਢਿੱਲੋਂ ਪੰਜਾਬ ਫੋਕਸ ਚੈਨਲ ਤੋਂ ਦੇਖ ਕੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਅਤੇ ਜਿੱਦਾਂ ਸਰ